ਵਾਹਿਗੁਰੂ ਜੀ ਕੀ ਫਤਿਹ। ਉਹ ਸ਼ਰਮ ਕਰ ਲਿਆ ਕਰੋ ਲੋਕੋ, ਕਿਵੇਂ ਦੀਆਂ ਹਰਕਤਾਂ ਕਰ ਰਿਹਾ ਹੈ ਬਾਬਾ ਤੇ ਤੁਹਾਡਾ ਜ਼ਮੀਰ ਮਰ ਗਿਆ ਇੰਜ ਲੱਗ ਰਿਹਾ। ਕਿਉਂਕਿ ਗੁਰੂ ਘਰ ਦੇ ਵਿੱਚ ਬੈਠ ਕੇ ਤੁਸੀਂ ਗੁਰੂ ਸਾਹਿਬ ਦੇ ਇਲਾਵਾ ਇਸ ਪਾਪੀ ਰੂਹ ਦੇ ਅੱਗੇ ਕਿਵੇਂ ਸਿਰ ਝੁਕਾ ਸਕਦੇ ਹੋ ਇਹ ਨਹੀਂ ਪਤਾ। ਜਿਹੜੇ ਜਿਹੜੇ ਸ਼ਖਸ ਲੋਕ ਚਾਹੇ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਣ ਆਏ ਸੀ, ਇਸ ਸ਼ਖਸ ਦੇ ਅੱਗੇ ਨਤਮਸਤਕ ਹੋ ਰਹੇ ਨੇ, ਸਿਰ ਝੁਕਾ ਰਹੇ ਨੇ, ਲੱਖ ਦੀ ਲਾਹਨਤ ਹੈ ਉਹਨਾਂ 'ਤੇ। ਲੱਖ ਦੀ ਲਾਹਨਤ ਪਾਓ ਕਮੈਂਟ ਕਰਕੇ ਇਹਨਾਂ ਲੋਕਾਂ 'ਤੇ ਜੋ ਇਸ ਪਖੰਡ 'ਚ ਪੈ ਰਹੇ ਨੇ ਅਤੇ ਸਿੱਖੀ ਦੇ ਵਿੱਚ, ਸਿੱਖੀ ਧਰਮ ਦੇ ਵਿੱਚ ਇਹਨਾਂ ਪਖੰਡਾਂ ਨੂੰ ਵਾੜਿਆ ਜਾ ਰਿਹਾ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬਾਂ ਨੇ ਆਪਣੀ ਦੁਨੀਆ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਆ ਪਖੰਡ ਜੇ ਦੂਰ ਕਰਨ ਦੇ ਲਈ ਸਿੱਖ ਕੌਮ ਦੀ ਸਥਾਪਨਾ ਕੀਤੀ ਸੀ। ਗੁਰੂ ਸਾਹਿਬ ਨੇ ਜ਼ਰੂਰ ਕਿਹਾ ਸੀ ਕਿ ਇਹਨਾਂ ਪਖੰਡਾਂ ਦੇ ਕੋਲੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇੱਕ ਓਮਕਾਰ ਦਾ ਜਾਪ ਕਰਨਾ ਚਾਹੀਦਾ ਹੈ, ਯਾਨੀ ਕਿ ਇੱਕੋ ਹੀ ਪਰਮਾਤਮਾ ਹੈ, ਉਸ ਤੋਂ ਇਲਾਵਾ ਇਸ ਦੁਨੀਆ 'ਤੇ ਕੋਈ ਵੀ ਸ਼ਕਤੀ ਨਹੀਂ ਹੈ, ਚਾਹੇ ਉਸਨੂੰ ਬੁਰੀ ਕਹੋ ਚਾਹੇ ਚੰਗੀ। ਪਰ ਇਹ ਤਸਵੀਰ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਇਹ ਹੈਰਾਨ ਕਰ ਦੇਣ ਵਾਲੀ ਹੈ, ਸਿੱਖਾਂ ਦੇ ਦਿਲਾਂ 'ਤੇ ਠੇਸ ਪਹੁੰਚੀ ਹੈ ਵੀਡੀਓ ਦੇਖ ਕੇ, ਕਿਉਂਕਿ ਅੰਮ੍ਰਿਤਧਾਰੀ ਇਹ ਸ਼ਖਸ ਜੋ ਗੁਰੂ ਸਾਹਿਬ ਦੇ ਸਾਹਮਣੇ ਬੇਅਦਬੀ ਕਰ ਰਿਹਾ ਹੈ, ਗੁਰੂ ਸਾਹਿਬ ਦੇ ਸਾਹਮਣੇ ਇੰਝ ਨਾਟਕ ਕਰ ਰਿਹਾ ਜਿਵੇਂ ਬਾਬੇ ਕਰਦੇ ਹੁੰਦੇ ਨੇ, ਚੌਂਕੀਆਂ ਭਰਦੇ ਹੁੰਦੇ ਨੇ, ਜਿਵੇਂ ਵੱਡੇ ਵੱਡੇ ਜਿਹੜੇ ਜਾਦੂਗਰ ਤੁਹਾਨੂੰ ਐਡਸ ਦੇ ਵਿੱਚ ਦੇਖਦੇ ਹੋਣਗੇ ਵਸ਼ੀਕਰਨ ਕਰਨ ਵਾਲੇ, ਉਸ ਤਰੀਕੇ ਦੀਆਂ ਹਰਕਤਾਂ ਇਹ ਜਿਹੜਾ ਕਿ ਸਿੰਘ ਹੈ, ਪਾਠੀ ਸਿੰਘ ਹੈ। ਹਾਲਾਂਕਿ ਇਸ ਨੂੰ ਸਿੰਘ ਕਹਿਣ 'ਤੇ ਵੀ ਸ਼ਰਮ ਆ ਰਹੀ ਹੈ ਕਿਉਂਕਿ ਇਸਨੇ ਹਰਕਤ ਹੀ ਇਹੋ ਜਿਹੀ ਕਰਤੀ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਦੱਸ ਦਈਏ ਕਿ ਲੋਕਾਂ ਦੇ ਵੱਲੋਂ ਲਗਾਤਾਰ ਇਸ ਗੁਰੂ ਘਰ ਦੀਆਂ, ਇੱਕ ਜਿਹੜਾ ਕਿ SGPC ਦੇ ਅਧੀਨ ਹੀ ਆਉਂਦਾ ਹੈ ਗੁਰੂ ਘਰ, ਪਰ ਜਿਹੜੇ ਗੁਰੂ ਇੱਥੇ ਗ੍ਰੰਥੀ ਨੇ ਉਹਨਾਂ ਦੇ ਵੱਲੋਂ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਸੀ, ਲੋਕਾਂ ਨੂੰ ਪਖੰਡ ਦੇ ਵਿੱਚ ਪਾਇਆ ਜਾ ਰਿਹਾ ਸੀ। ਸਿੱਖੀ ਧਰਮ ਦੇ ਵਿੱਚ ਗੁਰੂਆਂ ਨੇ, 10 ਗੁਰੂਆਂ ਨੇ ਕੁਰਬਾਨੀ ਦੇ ਦਿੱਤੀ ਪਖੰਡ ਨੂੰ ਬਾਹਰ ਕੱਢਣ ਦੇ ਲਈ, ਪਖੰਡ ਨੂੰ ਇਸ ਦੁਨੀਆ ਤੋਂ ਮਿਟਾਉਣ ਦੇ ਲਈ, ਪਰ ਇਹ ਲੋਕ ਜਿਹੜੇ ਨੇ ਗੁਰੂਆਂ ਦੀ ਬਾਣੀ ਨੂੰ ਕਿਵੇਂ ਬਦਨਾਮ ਕਰ ਰਹੇ ਨੇ, ਕਿਵੇਂ ਲੋਕਾਂ ਨੂੰ ਪੁੱਠੇ ਪਾਠ ਪੜ੍ਹਾਈ ਜਾਂਦਾ ਹੈ। ਕਦੇ ਇਹ ਸਿੰਘ ਕਿਸੇ ਨੂੰ ਤਵੀਤ ਪਾਉਂਦਾ ਹੈ ਅਤੇ ਕਦੇ ਕਿਸੇ ਨੂੰ ਧਾਗਾ ਬੰਨ੍ਹ ਕੇ ਭੇਜਦਾ ਹੈ ਕਿ ਤੁਸੀਂ ਠੀਕ ਹੋ ਜਾਓਗੇ। ਲੋਕ ਵੀ ਇੰਨੇ ਨੇ ਕਿ ਗੁਰੂ ਘਰ ਦੇ ਵਿਖੇ ਜਿੱਥੇ ਕੋਈ ਪਖੰਡ ਨਹੀਂ ਹੈ, ਇੱਕੋ ਪੰਗਤ 'ਚ ਬੈਠ ਕੇ ਸਾਰੇ ਲੰਗਰ ਛਕਦੇ ਨੇ, ਇੱਕੋ ਥਾਂ 'ਤੇ ਬੈਠ ਗੁਰੂ ਦੀ ਜਿਹੜੀ ਸਾਧਨਾ ਹੁੰਦੀ ਹੈ, ਗੁਰੂ ਨੂੰ ਯਾਦ ਕਰਨਾ ਹੁੰਦਾ ਹੈ। ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਆਹੀ ਸਿਖਾਇਆ ਹੈ, ਪਰ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ, ਲੋਕ ਟੈਕਨੋਲੋਜੀ ਦੇ ਵੱਲ ਵੱਧ ਰਹੇ ਨੇ, ਉਂਝ ਹੀ ਲੋਕ ਅੰਧ ਭਗਤੀ ਦੇ ਅੰਦਰ ਵੀ ਵੜ ਰਹੇ ਨੇ। ਇੰਝ ਦੀਆਂ ਤਸਵੀਰਾਂ ਜਿਹੜੀਆਂ ਨੇ ਇਹ SGPC ਦੇ ਕੋਲ ਪਹੁੰਚੀਆਂ ਅਤੇ ਹੁਣ SGPC ਦੇ ਵੱਲੋਂ ਇਹ ਜਿਹੜੇ ਗੁਰੂ ਘਰ ਸੀ ਇੱਥੇ ਤਾਲਾ ਜੜਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਤਾਂ ਦੇਖੋ ਇਹ ਤਸਵੀਰਾਂ ਅਤੇ ਲਾਹਨਤਾਂ ਪਾਓ ਇਸ ਸਿੱਖ ਨੂੰ ਜਿਹੜੀ ਐਸੀਆਂ ਹਰਕਤਾਂ ਕਰ ਰਿਹਾ ਹੈ। ਵਾਹਿਗੁਰੂ 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 ਵਾਹਿਗੁਰੂ।
ਉਹ ਸ਼ਰਮ ਕਰ ਲਿਆ ਕਰੋ ਲੋਕੋ, ਕਿਵੇਂ ਦੀਆਂ ਹਰਕਤਾਂ ਕਰ ਰਿਹਾ ਹੈ ਬਾਬਾ ਤੇ ਤੁਹਾਡਾ ਜ਼ਮੀਰ ਮਰ ਗਿਆ ਇੰਜ ਲੱਗ ਰਿਹਾ। ਕਿਉਂਕਿ ਗੁਰੂ ਘਰ ਦੇ ਵਿੱਚ ਬੈਠ ਕੇ ਤੁਸੀਂ ਗੁਰੂ ਸਾਹਿਬ ਦੇ ਇਲਾਵਾ ਇਸ ਪਾਪੀ ਰੂਹ ਦੇ ਅੱਗੇ ਕਿਵੇਂ ਸਿਰ ਝੁਕਾ ਸਕਦੇ ਹੋ ਇਹ ਨਹੀਂ ਪਤਾ। ਜਿਹੜੇ ਜਿਹੜੇ ਸ਼ਖਸ ਲੋਕ ਚਾਹੇ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਣ ਆਏ ਸੀ, ਇਸ ਸ਼ਖਸ ਦੇ ਅੱਗੇ ਨਤਮਸਤਕ ਹੋ ਰਹੇ ਨੇ, ਸਿਰ ਝੁਕਾ ਰਹੇ ਨੇ, ਲੱਖ ਦੀ ਲਾਹਨਤ ਹੈ ਉਹਨਾਂ 'ਤੇ। ਲੱਖ ਦੀ ਲਾਹਨਤ ਪਾਓ ਕਮੈਂਟ ਕਰਕੇ ਇਹਨਾਂ ਲੋਕਾਂ 'ਤੇ ਜੋ ਇਸ ਪਖੰਡ 'ਚ ਪੈ ਰਹੇ ਨੇ ਅਤੇ ਸਿੱਖੀ ਦੇ ਵਿੱਚ, ਸਿੱਖੀ ਧਰਮ ਦੇ ਵਿੱਚ ਇਹਨਾਂ ਪਖੰਡਾਂ ਨੂੰ ਵਾੜਿਆ ਜਾ ਰਿਹਾ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬਾਂ ਨੇ ਆਪਣੀ ਦੁਨੀਆ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਆ ਪਖੰਡ ਜੇ ਦੂਰ ਕਰਨ ਦੇ ਲਈ ਸਿੱਖ ਕੌਮ ਦੀ ਸਥਾਪਨਾ ਕੀਤੀ ਸੀ। ਗੁਰੂ ਸਾਹਿਬ ਨੇ ਜ਼ਰੂਰ ਕਿਹਾ ਸੀ ਕਿ ਇਹਨਾਂ ਪਖੰਡਾਂ ਦੇ ਕੋਲੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇੱਕ ਓਮਕਾਰ ਦਾ ਜਾਪ ਕਰਨਾ ਚਾਹੀਦਾ ਹੈ। ਯਾਨੀ ਕਿ ਇੱਕੋ ਹੀ ਪਰਮਾਤਮਾ ਹੈ, ਉਸ ਤੋਂ ਇਲਾਵਾ ਇਸ ਦੁਨੀਆ 'ਤੇ ਕੋਈ ਵੀ ਸ਼ਕਤੀ ਨਹੀਂ ਹੈ, ਚਾਹੇ ਉਸਨੂੰ ਬੁਰੀ ਕਹੋ ਚਾਹੇ ਚੰਗੀ। ਪਰ ਇਹ ਤਸਵੀਰ ਤੁਹਾਨੂੰ ਜਿਹੜੀ ਦਿਖਾ ਰਹੇ ਹਾਂ ਇਹ ਹੈਰਾਨ ਕਰ ਦੇਣ ਵਾਲੀ ਹੈ। ਸਿੱਖਾਂ ਦੇ ਦਿਲਾਂ 'ਤੇ ਠੇਸ ਪਹੁੰਚੀ ਹੈ ਵੀਡੀਓ ਦੇਖ ਕੇ, ਕਿਉਂਕਿ ਅੰਮ੍ਰਿਤਧਾਰੀ ਇਹ ਸ਼ਖਸ ਜੋ ਗੁਰੂ ਸਾਹਿਬ ਦੇ ਸਾਹਮਣੇ ਬੇਅਦਬੀ ਕਰ ਰਿਹਾ ਹੈ, ਗੁਰੂ ਸਾਹਿਬ ਦੇ ਸਾਹਮਣੇ ਇੰਝ ਨਾਟਕ ਕਰ ਰਿਹਾ ਜਿਵੇਂ ਬਾਬੇ ਕਰਦੇ ਹੁੰਦੇ ਨੇ, ਚੌਂਕੀਆਂ ਭਰਦੇ ਹੁੰਦੇ ਨੇ, ਜਿਵੇਂ ਵੱਡੇ ਵੱਡੇ ਜਿਹੜੇ ਜਾਦੂਗਰ ਤੁਹਾਨੂੰ ਐਡਸ ਦੇ ਵਿੱਚ ਦੇਖਦੇ ਹੋਣਗੇ ਵਸ਼ੀਕਰਨ ਕਰਨ ਵਾਲੇ, ਉਸ ਤਰੀਕੇ ਦੀਆਂ ਹਰਕਤਾਂ ਇਹ ਜਿਹੜਾ ਕਿ ਸਿੰਘ ਹੈ, ਪਾਠੀ ਸਿੰਘ ਹੈ। ਹਾਲਾਂਕਿ ਇਸ ਨੂੰ ਸਿੰਘ ਕਹਿਣ 'ਤੇ ਵੀ ਸ਼ਰਮ ਆ ਰਹੀ ਹੈ ਕਿਉਂਕਿ ਇਸਨੇ ਹਰਕਤ ਹੀ ਇਹੋ ਜਿਹੀ ਕਰਤੀ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਦੱਸ ਦਈਏ ਕਿ ਲੋਕਾਂ ਦੇ ਵੱਲੋਂ ਲਗਾਤਾਰ ਇਸ ਗੁਰੂ ਘਰ ਦੀਆਂ, ਇੱਕ ਜਿਹੜਾ ਕਿ SGPC ਦੇ ਅਧੀਨ ਹੀ ਆਉਂਦਾ ਹੈ ਗੁਰੂ ਘਰ, ਪਰ ਜਿਹੜੇ ਗੁਰੂ ਇੱਥੇ ਗ੍ਰੰਥੀ ਨੇ ਉਹਨਾਂ ਦੇ ਵੱਲੋਂ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਸੀ। ਲੋਕਾਂ ਨੂੰ ਪਖੰਡ ਦੇ ਵਿੱਚ ਪਾਇਆ ਜਾ ਰਿਹਾ ਸੀ। ਸਿੱਖੀ ਧਰਮ ਦੇ ਵਿੱਚ ਗੁਰੂਆਂ ਨੇ, 10 ਗੁਰੂਆਂ ਨੇ ਕੁਰਬਾਨੀ ਦੇ ਦਿੱਤੀ ਪਖੰਡ ਨੂੰ ਬਾਹਰ ਕੱਢਣ ਦੇ ਲਈ, ਪਖੰਡ ਨੂੰ ਇਸ ਦੁਨੀਆ ਤੋਂ ਮਿਟਾਉਣ ਦੇ ਲਈ। ਪਰ ਇਹ ਲੋਕ ਜਿਹੜੇ ਨੇ ਗੁਰੂਆਂ ਦੀ ਬਾਣੀ ਨੂੰ ਕਿਵੇਂ ਬਦਨਾਮ ਕਰ ਰਹੇ ਨੇ, ਕਿਵੇਂ ਲੋਕਾਂ ਨੂੰ ਪੁੱਠੇ ਪਾਠ ਪੜ੍ਹਾਈ ਜਾਂਦਾ ਹੈ। ਕਦੇ ਇਹ ਸਿੰਘ ਕਿਸੇ ਨੂੰ ਤਵੀਤ ਪਾਉਂਦਾ ਹੈ ਅਤੇ ਕਦੇ ਕਿਸੇ ਨੂੰ ਧਾਗਾ ਬੰਨ੍ਹ ਕੇ ਭੇਜਦਾ ਹੈ ਕਿ ਤੁਸੀਂ ਠੀਕ ਹੋ ਜਾਓਗੇ। ਲੋਕ ਵੀ ਇੰਨੇ ਨੇ ਕਿ ਗੁਰੂ ਘਰ ਦੇ ਵਿਖੇ ਜਿੱਥੇ ਕੋਈ ਪਖੰਡ ਨਹੀਂ ਹੈ, ਇੱਕੋ ਪੰਗਤ 'ਚ ਬੈਠ ਕੇ ਸਾਰੇ ਲੰਗਰ ਛਕਦੇ ਨੇ, ਇੱਕੋ ਥਾਂ 'ਤੇ ਬੈਠ ਗੁਰੂ ਦੀ ਜਿਹੜੀ ਸਾਧਨਾ ਹੁੰਦੀ ਹੈ, ਗੁਰੂ ਨੂੰ ਯਾਦ ਕਰਨਾ ਹੁੰਦਾ ਹੈ। ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਆਹੀ ਸਿਖਾਇਆ ਹੈ। ਪਰ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ, ਲੋਕ ਟੈਕਨੋਲੋਜੀ ਦੇ ਵੱਲ ਵੱਧ ਰਹੇ ਨੇ, ਉਂਝ ਹੀ ਲੋਕ ਅੰਧ ਭਗਤੀ ਦੇ ਅੰਦਰ ਵੀ ਵੜ ਰਹੇ ਨੇ। ਇੰਝ ਦੀਆਂ ਤਸਵੀਰਾਂ ਜਿਹੜੀਆਂ ਨੇ ਇਹ SGPC ਦੇ ਕੋਲ ਪਹੁੰਚੀਆਂ ਅਤੇ ਹੁਣ SGPC ਦੇ ਵੱਲੋਂ ਇਹ ਜਿਹੜੇ ਗੁਰੂ ਘਰ ਸੀ ਇੱਥੇ ਤਾਲਾ ਜੜਿਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਤਾਂ ਦੇਖੋ ਇਹ ਤਸਵੀਰਾਂ ਅਤੇ ਲਾਹਨਤਾਂ ਪਾਓ ਇਸ ਸਿੱਖ ਨੂੰ ਜਿਹੜੀ ਐਸੀਆਂ ਹਰਕਤਾਂ ਕਰ ਰਿਹਾ ਹੈ।